ਕਹਾਣੀ ਆਗਰਬੀ ਦੁਪਹਿਰ ਦਾ ਖਾਣਾ ਖਾ ਕੇ ਮਿਸਿਸ ਗੁਪਤਾ ਨੇ ਘਰ ਦੇ ਛੋਟੇ ਮੋٹے ਕੰਮ ਕਰਦੀ 10-11 ਵਰਿਆਂ ਦੀ ਨੌਕਰਾਨੀ ਚਿੰਕੀ ਨੂੰ ਬੈੱਡਰੂਮ ਦਾ 에어 ਕੰਡੀਸ਼ਨਰ ਚਲਾਉਣ ਲਈ ਕਿਹਾ ਤਾਂ ਕਿ ਘੰਟਾ ਦੋ ਘੰਟੇ ਥੋੜਾ ਆਰਾਮ ਕਰ ਲਵੇ ਸੌਣ ਤੋਂ ਪਹਿਲਾਂ ਮਿਸਿਸ ਗੁਪਤਾ ਨੇ ਚਿੰਕੀ ਨੂੰ ਢੇਰ ਸਾਰੇ ਕੰਮ ਗਿਣਾ ਦਿੱਤੇ ਕਿ ਬਾਥਰੂਮ ਠੀਕ ਕਰ ਦੇਈਂ ਸਾਰੀਆਂ ਬਾਲਟੀਆਂ ਧੋ ਦੇਈਂ ਅੱਗ ਤਾਂ ਕਿ ਇੱਕ ਤੇ ਉਹਨੂੰ ਸੁੱਤੀ ਪਈ ਨੂੰ ਨੌਕਰਾਨੀ ਤੰਗ ਨਾ ਕਰੇ ਤੇ ਦੂਜੇ ਉਹਦੇ ਆਰਾਮ ਕਰਨ ਵਾਲੇ ਸਮੇਂ 'ਚ ਵਿਹਲੀ ਨਾ ਬੈਠੀ ਰਹੇ ਪਰ ਹਾਲੇ ਮਿਸਿਸ ਗੁਪਤਾ ਦੀ ਅੱਖ ਲੱਗੀ ਸੀ ਕਿ ਬਾਥਰੂਮ 'ਚੋਂ ਬਾਲਟੀ ਚੁੱਕਦੇ ਹਨ ਚਿੰਕੀ ਕੋਲੋਂ ਇੱਕ ਬਾਲਟੀ ਜ਼ਰਾ ਡਿੱਗ ਪਈ ਸੋ ਕਾਫੀ ਖੜਕਾ ਹੋਇਆ ਤੇ ਮਿਸਿਸ ਗੁਪਤਾ ਦੀ ਜਾਗ ਖੁੱਲ ਗਈ ਉਹਨੂੰ ਨੌਕਰਾਨੀ ਤੇ ਬੜਾ ਗੁੱਸਾ ਆਇਆ ਕਿ ਉਹਨੇ ਡਿਸਟਰਬ ਕਰਕੇ ਉਹਦੀ ਨੀਂਦ ਖਰਾਬ ਕਰਤੀ ਹੈ ਉਹਨੇ ਨੌਕਰਾਨੀ ਨੂੰ ਕਾਫੀ ਬੁਰਾ ਭਲਾ ਵੀ ਕਿਹਾ ਫਿਰ ਉੱઠી ਤੇ ਗੁੱਸੇ 'ਚ ਜ਼ੋਰ ਦੀ ਉਹਨੂੰ ਇੱਕ ਚਪੇੜ ਜੱਟਦੀ ਇੱਕ ਤੇ ਨੌਕਰ ਫਿਰ ਬਚਪਨ ਦੀ ਉਮਰ ਮਹਿਜ਼ 10 11 ਬਰੇ ਜੋ ਆਪ ਚ ਬੋਲਣ ਜਾਂ ਕੁਝ ਕਹਿਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਪਰ ਚਿੰਕੀ ਨੂੰ ਚਪੇੜ ਜ਼ੋਰ ਦੀ ਲੱਗੀ ਲਾਸਟ ਜੀ ਪੈ ਗਈ ਉਹਨੇ ਮੂੰਹ ਤੇ ਗਿੱਲਾ ਹੱਥ ਦੋ ਤਿੰਨ ਵਾਰੀ ਮਾਰਿਆ ਤੇ ਫਿਰ ਬਾਲਟੀ ਆਦਤ ਧੋਣ ਦੇ ਕੰਮ ਲੱਗ ਗਈ ਮਿਸਿਸ ਗੁਪਤਾ ਮੜ ਲੇਟ ਤਾਂ ਗਈ ਪਰ ਉਹਨੂੰ ਵੀ ਮਹਿਸੂਸ ਹੋ ਗਿਆ ਕਿ ਉਹਤੋਂ ਕੁਝ ਜ਼ਿਆਦਾ ਹੀ ਜ਼ੋਰ ਨਾਲ ਚਪੇੜ ਵੱਜ ਗਈ ਸੀ ਸੋ ਉਹਨੂੰ ਇਹ ਅਹਿਸਾਸ ਤਾਂ ਬਿਲਕੁਲ ਨਾ ਹੋਇਆ ਕਿ ਇੱਕ 10-11 ਵਰਿਆਂ ਦੀ ਬੱਚੀ ਨੂੰ ਬੇਮਤਲਬ ਹੀ ਉਹਨੇ ਜ਼ੋਰ ਨਾਲ ਚਪੇੜ ਕੱਢ ਮਾਰੀ ਜਦਕਿ ਜ਼ਿਆਦਾ ਤੋਂ ਜ਼ਿਆਦਾ ਲਫ਼ਜ਼ੀ ਘੁਰਕੀ ਵੀ ਕਾਫੀ ਸੀ ਪਰ ਘਰ ਜਾ ਕੇ ਮਾਂ ਨੂੰ ਦੱਸੇਗੀ ਕਿ ਛੋਟੀ ਜੀ ਗਲਤੀ ਕਰਕੇ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਹੈ ਤੇ ਇਸ ਕਰਕੇ ਕਿਧਰੇ ਨੌਕਰੀ ਨਾ ਛੱਡ ਜਾਏ ਮਿਸਿਸ ਗੁਪਤਾ ਨੂੰ ਇਹ ਡਰ ਜਾ ਲੱਗ ਪਿਆ ਲਿਹਾਜ਼ਾ ਮਿਸਿਸ ਗੁਪਤਾ ਉੱઠી ਫ੍ਰਿਜ ਚੋਂ ਖੀਰ ਦਾ ਡੋਂਗਾ ਕੱਢਿਆ ਕਟੋਰੀ ਚ ਖੀਰ ਪਾ ਕੇ ਚਿੰਕੀ ਨੂੰ ਪੁਚਕਾਰ ਦੇ ਅਖਣ ਲਈ ਦਿੱਤੀ ਗਰੀਬਣੀ ਚਿੰਕੀ ਨੂੰ ਖੀਰ ਬੜੀ ਸੁਆਦੀ ਲੱਗੀ ਸਮਝ ਗਈ ਕਿ ਜ਼ੋਰ ਦੇ ਮਾਰੇ ਥੱਪੜ ਦੇ ਉਸ ਵਿੱਚ ਖੀਰ ਮਿਲੀ ਸੀ ਮਾਲਕਨ ਵੀ ਕੋਲੋਂ ਲੰਘਦੀ ਮੁਸਕਣੀ ਜੀ ਸੁੱਟ ਰਹੀ ਸੀ ਕਿ ਚਿੰਕੀ ਥੱਪੜ ਭੁੱਲ ਜਾਏ ਉਧਰੋਂ ਚਿੰਕੀ ਮਨ ਹੀ ਮਨ ਜਿਵੇਂ ਬਿਨ ਬੋਲਿਆਂ ਸੀਤੇ ਹੋਠਾਂ ਚੋਂ ਕਹਿ ਰਹੀ ਸੀ ਇੱਕ ਥੱਪੜ ਹੋਰ ਪਲੀਜ਼ ਕਿਤੇ ਧਰਨ ਨੂੰ ਪੈਸੇ ਥਾਂ ਨਹੀਂ ਕਿਤੇ ਸਿਰ ਟਕਣ ਨੂੰ ਥਾਂ ਨਹੀਂ ਕਰ ਕਰਕੇ ਕੰਮ ਥੱਕ ਟੁੱਟੜੀ ਵਿੱਚ ਕਿਤੇ ਪਿਆਰ ਕਰਨ ਲਈ ਜਾਂ ਨਹੀਂ ਧੰਨਵਾਦ